ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਇੰਨਾ ਗੁੱਸਾ ਭਰਿਆ ਹੋਇਆ ਕਿ ਉਹ ਆਪਣੇ ਮਾਤਾ ਪਿਤਾ ਦੀ ਗੱਲ ਵੀ ਨਹੀਂ ਸਹਾਰ ਸਕਦੇ। ਗੁੱਸੇ ਦੇ ਕਾਰਨ ਇੰਨਾ ਵੱਡਾ ਗਲਤ ਕਦਮ ਚੁੱਕ ਲੈਂਦੇ ਹਨ ਕਿ ਉਹ ਫਿਰ ਸਾਰੀ ਉਮਰ ਆਪਣੇ ਕਿੱਤੇ 'ਤੇ ਪਛਤਾਉਂਦੇ ਹਨ। ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਨਾਭਾ ਤੋਂ, ਜਿੱਥੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਟ੍ਰੇਨ ਦੇ ਅੱਗੇ ਕਿਸਾਨ ਦੇ ਲੜਕੇ ਪਰਮਿੰਦਰ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਨੀਮਤ ਇਹ ਰਹੀ ਕਿ ਉਸਦੀ ਜਾਨ ਤਾਂ ਬਚ ਗਈ ਪਰ ਦੋਵੇਂ ਲੱਤਾਂ ਕੱਟੀਆਂ ਗਈਆਂ। ਪਰਮਿੰਦਰ ਸਿੰਘ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਕਿਸਾਨ ਅਮਰੀਕ ਸਿੰਘ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਸਦਾ ਇਕਲੌਤਾ ਪੁੱਤਰ ਘਰ ਵਿੱਚ 100 ਰੁਪਏ ਪਿੱਛੇ ਟ੍ਰੇਨ ਦੇ ਨੀਚੇ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰੇਗਾ। ਪਰਮਿੰਦਰ ਸਿੰਘ ਗ੍ਰੈਜੂਏਸ਼ਨ ਕਰ ਰਿਹਾ ਸੀ ਅਤੇ ਘਰ ਵਿੱਚ ਮਾਮੂਲੀ ਤਕਰਾਰ ਤੇ ਸਿਰਫ 100 ਰੁਪਏ ਦੀ ਮੰਗ ਨੂੰ ਲੈ ਕੇ ਇੰਨਾ ਵੱਡਾ ਕਦਮ ਚੁੱਕ ਲਿਆ। ਪਰਮਿੰਦਰ ਸਿੰਘ ਨੇ ਟ੍ਰੇਨ ਅੱਗੇ ਆਉਣ ਤੋਂ ਪਹਿਲਾਂ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਮੈਨੂੰ 100 ਰੁਪਏ ਚਾਹੀਦੇ ਹਨ। ਪਿਤਾ ਨੇ ਅੱਗੋਂ ਕਿਹਾ ਕਿ ਮੈਂ ਸ਼ਹਿਰ ਆਇਆ ਹੋਇਆ ਹਾਂ ਅਤੇ ਮੈਂ ਵਾਪਸ ਆ ਕੇ ਤੈਨੂੰ 100 ਰੁਪਏ ਦੇ ਦੇਵਾਂਗਾ। ਇਸ ਤੋਂ ਬਾਅਦ ਹੀ ਇਹ ਸਾਰਾ ਭਾਣਾ ਵਾਪਰਿਆ। ਇਸ ਮੌਕੇ ਤੇ ਪੀੜਤ ਪਰਮਿੰਦਰ ਸਿੰਘ ਤੇ ਪਿਤਾ ਕਿਸਾਨ ਅਮਰੀਕ ਸਿੰਘ ਨੇ ਕਿਹਾ ਕਿ ਇਸਨੇ ਸਿਰਫ 100 ਰੁਪਏ ਦੀ ਜ਼ਿੱਦ ਪਿੱਛੇ ਇੰਨਾ ਵੱਡਾ ਕਦਮ ਚੁੱਕਿਆ। ਪਤਾ ਨਹੀਂ ਮੇਰੇ 100 ਰੁਪਏ ਮੰਗਦਾ ਸੀਗਾ, ਮੈਂ ਨਾਭੇ ਆਇਆ ਸੀਗਾ, ਮੈਂ ਚਲਾ ਕੇ ਦਿੰਦਾ, ਰੱਬ ਦੀ ਮੰਮੀ ਤੋਂ ਲੈ ਆ, ਚੱਕ ਕੇ ਮੋਟਰਸਾਈਕਲ ਆ ਗਿਆ, ਦੱਸਿਆ ਨਹੀਂ ਕੋਈ ਬਾਤ ਤਾਂ ਨਹੀਂ, ਨਾ ਕੋਈ ਝਗੜਾ ਝਗੜਾ ਨਹੀਂ ਹੋਇਆ, ਨਾ ਕੁਛ ਨਹੀਂ ਹੋਇਆ ਵੀਰੇ, ਬਸ ਐਨ ਠੀਕ ਠਾਕ ਦੀ ਚਾਹ ਪਾਣੀ ਪੀਤੀ। ਮੈਂ ਐਂ ਬਾਹਰ ਟਰੈਕਟਰ ਖਰਾਬ ਸੀ ਮੇਰਾ, ਉਹਦਾ ਸਮਾਨ ਜਿਹਾ ਲੈਣ ਆਇਆ ਸੀਗਾ ਨਾਭੇ ਤੋਂ। ਇਹਦਾ ਨਾਮ ਪਰਮਿੰਦਰ ਸਿੰਘ ਹੈ ਜੀ। ਹਾਂ, ਇਸ ਮੌਕੇ ਤੇ ਸਰਕਾਰੀ ਡਾਕਟਰ ਨੇ ਕਿਹਾ ਕਿ ਇਸ ਦੀਆਂ ਦੋਵੇਂ ਲੱਤਾਂ ਕੱਟ ਗਈਆਂ ਹਨ ਅਤੇ ਸਿਰ ਤੇ ਸੱਟਾਂ ਵੀ ਵੱਜੀਆਂ ਹਨ, ਜਿਸ ਕਰਕੇ ਇਸ ਨੂੰ ਪਟਿਆਲਾ ਰੈਫਰ ਕਰ ਰਹੇ ਹਾਂ। ਰੇਲਵੇ ਟਰੈਕ ਤੋਂ ਮਿਲਿਆ, ਦੋ ਲੱਤਾਂ ਕੱਟ ਗਈਆਂ, ਸਿਰ 'ਚ ਵੀ ਸੱਟ ਹੈ, ਬਾਂਹ ਵੀ ਫ੍ਰੈਕਚਰ ਲੱਗਦੀ ਹੈ, ਬਾਕੀ ਮੈਨੇਜ ਹੋ ਗਿਆ ਹੈਗਾ, ਪਰ ਅੱਗੇ ਰਜਿੰਦਰ ਹਸਪਤਾਲ ਭੇਜਣਾ ਪਏਗਾ ਇਹਨੂੰ ਸੀਰੀਅਸਨੈਸ ਕਰਕੇ। ਇਹ ਨਾਭਾ ਤੋਰੀ ਟਰੈਕ 'ਤੇ ਭਵਾਨੀਗੜ੍ਹ ਵਾਲਾ ਜਿਹੜਾ ਆਪਣਾ ਓਵਰਬ੍ਰਿਜ ਹੈ ਉਹਦੇ ਨੇੜੇ ਮਿਲਿਆ ਟਰੈਕ 'ਚ। ਇਸ ਮੌਕੇ ਤੇ ਤਫਤੀਸ਼ੀ ਅਧਿਕਾਰੀ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਸ ਲੜਕੇ ਦੀ ਘਰ ਵਿੱਚ ਮਾਮੂਲੀ ਲੜਾਈ ਹੋਈ ਸੀ ਅਤੇ ਘਰੋਂ ਲੜ ਕੇ ਇਸਨੇ ਟ੍ਰੇਨ ਅੱਗੇ ਛਾਲ ਮਾਰ ਦਿੱਤੀ। ਅੱਜ ਰੇਲਵੇ ਸਟੇਸ਼ਨ ਮਾਸਟਰ ਨਾਭਾ ਵੱਲੋਂ ਇੱਕ ਮੀਮੋ ਆਈ ਸੀ ਸਾਡੇ ਕੋਲ ਵੀ, ਕਿ ਧੂਰੀ ਨੂੰ ਜਾ ਰਹੀ ਟ੍ਰੇਨ ਅੱਗੇ ਇੱਕ ਵਿਅਕਤੀ ਨੇ ਛਾਲ ਮਾਰਤੀ ਕਿਲੋਮੀਟਰ ਨੰਬਰ 52 'ਤੇ, ਅਤੇ ਉਹਦੇ ਸੰਬੰਧ 'ਚ ਅਸੀਂ ਮੌਕੇ 'ਤੇ ਗਏ ਸੀ ਤਾਂ ਐਂਬੂਲੈਂਸ ਰਾਹੀਂ ਉਹਨੂੰ ਪਹਿਲਾਂ ਇੱਥੇ ਸਿਵਲਾ ਤੋਂ ਨਾਭਾ ਲਿਆਂਦਾ ਜਾ ਚੁੱਕਾ ਸੀਗਾ। ਇੱਥੇ ਆ ਕੇ ਉਹਦਾ ਨਾਂ ਪਤਾ ਲੱਗਾ ਪਰਮਿੰਦਰ ਸਿੰਘ, ਬਸ ਇੱਕ ਨੁੜਕੀ ਦਾ ਰਹਿਣ ਵਾਲਾ ਉਹ, ਅਤੇ 22-23 ਸਾਲ ਉਹਦੀ ਉਮਰ ਆ, ਅਤੇ ਉਹਦਾ ਇੱਥੇ ਡਾਕਟਰ ਸਾਹਿਬ ਨੇ ਫਿਟਨੈਸ ਦਿੱਤੀ, ਉਹਦੀ ਸਟੇਟਮੈਂਟ ਲਈ ਆ ਅਤੇ ਦੱਸਿਆ, ਅਤੇ ਫਾਦਰ ਨੂੰ ਮਾੜੀ ਮੋਟੀ ਤਕਰਾਰਬਾਜ਼ੀ ਗੁੱਸੇ 'ਚ ਆ ਕੇ ਰੇਲ ਗੱਡੀ ਥੱਲੇ ਆ ਕੇ ਉਹਨੇ ਮੰਨ ਲਓ ਵੀ ਛਾਲ ਮਾਰਤੀ ਸੀ, ਉਹਦੀ ਦੋਨੇ ਲੱਤਾਂ ਕੱਟੀਆਂ ਗਈਆਂ ਨੇ, ਹੋਰ ਉਹਦੇ ਖਿਲਾਫ਼ ਕਿਸੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ, ਮੂਲੀ ਤਕਰਾਰਬਾਜ਼ੀ ਘਰੇ ਹੋਈ ਆ ਅਤੇ ਕੋਈ ਹੋਰ ਐਸੀ ਗੱਲਬਾਤ ਨਹੀਂ, ਬਾਕੀ ਪੜਤਾਲ ਕੀਤੀ ਜਾ ਰਹੀ ਹੈ ਜੋ ਹਾਲਾਤ ਹੋਣਗੇ ਕਾਰਵਾਈ।